ਕਹਿੰਦੇ ਨੇ ਕਿ ਜਦ ਵਾਈਫ ਪੇਕੇ ਜਾਂਦੀ ਹੈ ਤੇ ਪਿੱਛੋਂ ਹਸਬੈਂਡ ਜਿਹੜਾ ਹੈ ਉਹ ਪੂਰੀ ਮੌਜ ਮਨਾਉਂਦਾ। ਪਿਛਲੇ ਮਹੀਨੇ ਸਾਨੂੰ ਦੇਖਣ ਨੂੰ ਮਿਲੀ ਸੀ ਪੰਜਾਬੀ ਸਿੰਗਰ ਯੁਵਰਾਜ ਹੰਸ ਤੇ ਟੀਵੀ ਐਕਟਰੈਸ ਮਾਨਸੀ ਸ਼ਰਮਾ ਦੀ ਮੈਰਿਜ, ਜਿਸ ਤੋਂ ਬਾਅਦ ਯੁਵਰਾਜ ਤੇ ਮਾਨਸੀ ਹਰ ਜਗ੍ਹਾ ਸਾਨੂੰ ਇਕੱਠੇ ਨਜ਼ਰ ਆਏ। ਪਰ ਹੁਣ ਯੁਵਰਾਜ ਹੰਸ ਨੇ ਆਪਣੇ ਸਨੈਪਚੈਟ ਦੇ ਉੱਤੇ ਇੱਕ ਅਜਿਹੀ ਵੀਡੀਓ ਪੋਸਟ ਕੀਤੀ ਹੈ ਜਿਸ ਦੇ ਵਿੱਚ ਯੁਵਰਾਜ ਹੰਸ ਮਾਨਸੀ ਸ਼ਰਮਾ ਨੂੰ ਏਅਰਪੋਰਟ ਤੇ ਡ੍ਰੌਪ ਕਰ ਆਏ ਨੇ ਤੇ ਡ੍ਰੌਪ ਕਰਦਿਆਂ ਕਰਦਿਆਂ ਯੁਵਰਾਜ ਹੰਸ ਰੋਂਦੇ ਨਜ਼ਰ ਆ ਰਹੇ ਨੇ। ਆਓ ਨਜ਼ਰ ਮਾਰੀਏ ਯੁਵਰਾਜ ਹੰਸ ਦੀ ਇਸ ਵੀਡੀਓ ਦੇ ਉੱਤੇ। ਬਾਏ ਬਾਏ ਪਰ ਜਦ ਇਸ ਵੀਡੀਓ ਨੂੰ ਯੁਵਰਾਜ ਦੇ ਵੱਡੇ ਭਰਾ ਨਵਰਾਜ ਨੇ ਵੇਖਿਆ ਤੇ ਨਵਰਾਜ ਹੰਸ ਨੇ ਇਸ ਵੀਡੀਓ ਉੱਤੇ ਕੁਝ ਇਸ ਤਰ੍ਹਾਂ ਕਮੈਂਟ ਕੀਤਾ, ਇੰਨਾ ਖੁਸ਼ ਤੈਨੂੰ ਕਦੀ ਨਹੀਂ ਦੇਖਿਆ ਯਾਰ ਮੇਰੇ, ਰੋਣਾ ਨਿਕਲ ਗਿਆ। ਨਵਰਾਜ ਦੇ ਕੀਤੇ ਗਏ ਕਮੈਂਟ ਤੋਂ ਬਾਅਦ ਹੁਣ ਇਹ ਸੋਚਣਾ ਤਾਂ ਜ਼ਰੂਰ ਬਣਦਾ ਕਿ ਕੀ ਨਵਰਾਜ ਹੰਸ ਨੇ ਯੁਵਰਾਜ ਹੰਸ ਦੀ ਫੀਲਿੰਗ ਨੂੰ ਬਿਆਨ ਕੀਤਾ ਜਾਂ ਫਿਰ ਨਵਰਾਜ ਹੰਸ ਨੇ ਇੱਕ ਵੋਟੀ ਦੇ ਪੇਕੇ ਜਾਣ ਤੇ ਇੱਕ ਪਤੀ ਦੀ ਖੁਸ਼ੀ ਨੂੰ ਜ਼ਾਹਿਰ ਕੀਤਾ। ਤੁਹਾਨੂੰ ਕੀ ਲੱਗਦਾ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।